ਸਤਿਸ਼ਕਾਲ ਆਪਣਾ ਪੰਜਾਬ ਐਨਆਰਆਈ ਟੀਵੀ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਪਰਨੀਤ ਕੌਰ ਸਵਾਗਤ ਕਰਦੀ ਹਾਂ। ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਅਮਰੀਕੀ ਚੋਣਾਂ 'ਚ ਅਣਪਛਾਤੇ ਸਮੂਹ ਨੇ ਡੈਮੋਕ੍ਰੈਟਿਕ ਵੋਟਰਾਂ ਨੂੰ ਭੇਜੇ ਧਮਕੀ ਭਰੇ ਈਮੇਲ। ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਮੰਟਰੀਅਲ 'ਚ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵੱਲੋਂ ਜ਼ਬਰਦਸਤੀ ਰੈਲੀ। ਅਮਰੀਕਾ 'ਚ ਮਾਰਚ ਦੇ ਬਾਅਦ ਹਵਾਈ ਅੱਡਿਆਂ ਤੇ ਪਰਤੀ ਰੌਣਕ। ਕੋਰੋਨਾ ਤੋਂ ਵੀ ਤੇਜ਼ੀ ਨਾਲ ਫੈਲ ਰਿਹਾ ਹੈ ਕੁਝ ਹੋਰ, ਕੈਨੇਡੀਅਨ ਪੀਐਮ ਤੇ ਡਾਕਟਰਾਂ ਦੀ ਵਧੀ ਚਿੰਤਾ। ਸਿਡਨੀ ਦਾ ਨਾਰਥ ਕਨੈਕਸ ਅਗਲੇ ਹਫ਼ਤੇ ਖੁੱਲ੍ਹਣ ਦੀ ਤਿਆਰੀ। ਪਰਥ ਸਿੱਖ ਸੰਗਤ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਸੰਬੰਧੀ ਸਭ ਵਰਗਾਂ ਨੂੰ ਸਹਿਯੋਗ ਦੀ ਅਪੀਲ। ਪੈਲੋਸੀ ਅਤੇ ਮਨੁਚਿਨ ਦੀ ਮਹਾਮਾਰੀ ਸਹਾਇਤਾ ਡੀਲ ਪਹੁੰਚੀ ਸਫਲਤਾ ਦੇ ਨੇੜੇ। ਚੀਨ 'ਚ ਸੂਪ ਪੀਣ ਨਾਲ ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ। ਵੱਧਦੀ ਮਹਿੰਗਾਈ ਕਾਰਨ ਉਮੀਦਵਾਰਾਂ ਲਈ ਚੋਣ ਖਰਚਿਆਂ ਦੀ ਸੀਮਾ 'ਚ ਸੋਧ ਕਰਨ ਹਿੱਤ ਕਮੇਟੀ ਦਾ ਗਠਨ। ਕਸ਼ਮੀਰ 'ਚ ਮਨਾਇਆ ਜਾਵੇਗਾ ਕਾਲਾ ਦਿਵਸ। 1947 'ਚ ਪਾਕਿਸਤਾਨ ਨੇ ਘਾਟੀ 'ਚ ਕਰਵਾਈ ਸੀ ਹਿੰਸਾ। ਕਰਾਚੀ 'ਚ ਧਮਾਕਾ, 3 ਲੋਕਾਂ ਦੀ ਮੌਤ ਤੇ 15 ਜ਼ਖਮੀ। ਕਰੀਅਰ 'ਚ ਇੱਕ ਵੀ ਚੋਣ ਨਹੀਂ ਆ ਰਹੇ ਅਮਿਤ ਸ਼ਾਹ, ਵਰਕਰ ਤੋਂ ਗ੍ਰਹਿ ਮੰਤਰੀ ਤੱਕ ਅਜਿਹਾ ਰਿਹਾ ਸਫ਼ਰ। ਹਿਮਾਚਲ ਦੇ ਰਾਜਪਾਲ ਨੇ ਕੋਰੋਨਾ ਪ੍ਰਤੀ ਲੋਕਾਂ ਨੂੰ ਕੀਤਾ ਸਾਵਧਾਨ। ਪੰਜਾਬ ਦੇ ਥਰਮਲ ਪਲਾਂਟਾਂ ਲਈ ਕੋਲਾ ਪੁੱਜਣਾ ਹੋਵੇਗਾ ਸ਼ੁਰੂ, ਮਾਲ ਗੱਡੀਆਂ ਨੂੰ ਮਿਲੇਗੀ ਐਂਟਰੀ। ਕਰਜ਼ੇ ਸਿਰ ਚਾੜ ਕੇ ਅਮਰੀਕਾ ਪੁੱਜੇ 69 ਭਾਰਤੀ ਹੋਏ ਡਿਪੋਰਟ, 2 ਸਾਲ ਦੀ ਸਜ਼ਾ ਕੱਟ ਕੇ ਪਰਤੇ ਵਾਪਸ। ਕੈਪਟਨ ਸਿੱਧੂ ਵਿਚਕਾਰ ਗਿਲੇ ਸ਼ਿਕਵੇ ਹੋਏ ਦੂਰ, ਕਿਸੇ ਵੀ ਵੇਲੇ ਖਤਮ ਹੋ ਸਕਦਾ ਸੱਤਾ ਤੋਂ ਬਨਵਾਸ। ਫਤਿਹਗੜ੍ਹ ਸਾਹਿਬ 'ਚ ਕੋਰੋਨਾ ਦੇ 31 ਮਾਮਲੇ ਆਏ ਸਾਹਮਣੇ। ਕੇਜਰੀਵਾਲ ਵੱਲੋਂ ਪੰਜਾਬ ਦੇ ਸੋਧ ਬਿੱਲਾਂ ਤੇ ਕੀਤੇ ਸ਼ੰਕੇ ਤੇ ਕੈਪਟਨ ਨੇ ਦਿੱਤਾ ਜਵਾਬ। ਦੇਸ਼ ਦਰੋਹ ਦੇ ਕੇਸ 'ਚ ਕੰਗਨਾ ਰਣੌਤ ਤੇ ਭੈਣ ਰੰਗੋਲੀ ਚੰਦੇਲ ਨੂੰ ਮੁੰਬਈ ਪੁਲਿਸ ਦਾ ਸਮਨ। ਕੈਂਸਰ ਦੀ ਜੰਗ ਜਿੱਤਣ ਤੋਂ ਬਾਅਦ ਸਾਹਮਣੇ ਆਏ ਸੰਜੇ ਦੱਤ, ਹੱਥ ਜੋੜ ਕੇ ਕੀਤਾ ਸਭ ਦਾ ਧੰਨਵਾਦ। ਅੱਜ ਦੀਆਂ ਖਬਰਾਂ 'ਚ ਫਿਲਹਾਲ ਇੰਨਾ ਹੀ। ਇਸੇ ਦੇ ਨਾਲ ਹੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਸਾਡਾ ਐਪ ਡਾਊਨਲੋਡ ਕਰੋ, ਆਪਣਾ ਪੰਜਾਬ ਮੀਡੀਆ, ਬੱਲੇ ਬੱਲੇ। ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ। ਇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਡੇਲੀ ਈ ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ।